ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਕਿਵੇਂ ਹੋ, ਠੀਕ ਠਾਕ ਹੋ ਸਾਰੇ? ਅੱਜ ਮੈਂ ਤੁਹਾਡੇ ਲਈ ਵੀਡੀਓ ਲੈ ਕੇ ਆਈ ਹਾਂ, ਕਮੀਜ਼ ਦੀ ਕਟਿੰਗ ਐਂਡ ਸਟਿਚਿੰਗ ਦੋਨੋਂ ਮੈਂ ਇੱਕੋ ਹੀ ਪਾਰਟ ਦੇ ਵਿੱਚ ਵੀਡੀਓ ਪਾ ਦੂੰਗੀ ਇਹ, ਕਿਉਂਕਿ ਇਹਦੇ ਵਿੱਚ ਨਾ ਮੈਨੂੰ ਕਾਫੀ ਕਨਫਿਊਜ਼ਨਾਂ ਸੀਗੀਆਂ ਭੈਣਾਂ ਨੂੰ ਵੀ ਤੁਸੀਂ ਕਈ ਤਾਂ ਇੱਕ ਪਾਰਟ ਦੇਖ ਲੈਂਦੀਆਂ ਨੇ ਦੂਸਰਾ ਨਹੀਂ ਦੇਖ ਸਕਦੀਆਂ, ਹੈ ਨਾ, ਅਤੇ ਕਈ ਹੁੰਦਾ ਮਤਲਬ ਕਿ ਦੂਸਰਾ ਦੇਖਿਆ ਜਾਂਦਾ ਉਹਨਾਂ ਤੋਂ ਪਹਿਲਾਂ ਨਹੀਂ ਦੇਖਿਆ ਜਾਂਦਾ, ਤਾਂ ਕਰਕੇ ਪਤਾ ਨਹੀਂ ਲੱਗਦਾ ਉਹਨਾਂ ਨੂੰ ਜਿਹੜੇ ਆਪਣੇ ਨਾਲ ਨਵੇਂ ਜੁੜ ਰਹੇ ਆ। ਭੈਣਾਂ ਤੁਸੀਂ ਵੀਡੀਓ ਦੇਖੋ, ਦੇਖ ਕੇ ਫਿਰ ਮੈਨੂੰ ਦੱਸੋ ਵੀ ਕੀ ਕੀ ਤੁਸੀਂ ਮੇਰੇ ਤੋਂ ਸਿੱਖਿਆ ਜਾਂ ਕੀ ਬਣਾ ਰਹੀਆਂ। ਜਿਹੜੀਆਂ ਭੈਣਾਂ ਬਣਾ ਰਹੀਆਂ ਨੇ ਅਤੇ ਮੈਨੂੰ ਫੋਟੋਆਂ ਭੇਜ ਰਹੀਆਂ ਨੇ, ਵੈਸੇ ਆਹ ਬਣਾ ਲਿਆ ਆਹ ਬਣਾ ਲਿਆ, ਹੈ ਨਾ, ਲੱਗੇ ਰਹੋ ਜੀ, ਇੱਕ ਦਿਨ ਜ਼ਰੂਰ ਕਾਮਯਾਬ ਹੋਵਾਂਗੇ ਆਪਾਂ ਸਾਰੇ ਹੀ ਹੋਵਾਂਗੇ, ਮੈਂ ਵੀ ਤੁਹਾਡੇ ਨਾਲ ਹੀ ਹੋਊਂਗੀ। ਹਾਂਜੀ, ਤੁਸੀਂ ਦੇਖੋ ਮੈਂ ਕਮੀਜ਼ ਦੀ ਕਟਿੰਗ ਕੀਤੀ ਆ, ਬਾਂਹ ਦੀ ਵੀ ਪ੍ਰੋਪਰ ਇਹਦੇ ਵਿੱਚ ਮੈਂ ਦੱਸੀ ਆ ਵੀ ਕਿਵੇਂ ਆਪਾਂ ਅਟੈਚ ਕਰਨੀ ਆ, ਹੈ ਨਾ, ਜਿੱਦਾਂ ਜਿੱਦਾਂ ਮਤਲਬ ਕਿ ਜਿਸ ਤਰੀਕੇ ਨਾਲ ਮੈਂ ਬਣਾਉਣੀ ਮੈਂ ਉਸ ਤਰੀਕੇ ਨਾਲ ਹੀ ਤੁਹਾਨੂੰ ਦੱਸਿਆ, ਜਮਾਂ ਮੇਰਾ ਤਰੀਕਾ ਸੌਖਾ ਹੁੰਦਾ, ਕੋਈ ਮੈਂ ਇਹਦੇ ਵਿੱਚ ਜ਼ਿਆਦਾ ਨਹੀਂ ਦੱਸਦੀ ਇਹਦੇ ਵਿੱਚ ਵੀ ਇੱਦਾਂ 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 ਕਰੋ, ਮੈਂ ਜਮਾਂ ਸਿੰਪਲ ਅਤੇ ਸੌਖੇ ਤਰੀਕੇ ਨਾਲ ਦੱਸਦੀ ਹਾਂ ਜਿਹੜੇ ਤਰੀਕੇ ਨਾਲ ਮੈਂ ਬੁਟੀਕ 'ਤੇ ਬਣਾਉਣੀ ਆ। ਹਰ ਇੱਕ ਦੇ ਸੂਟ ਸਹੀ ਫਿਟਿੰਗ ਆਉਂਦੀ ਹੈ, ਕਿਸੇ ਦਾ ਕੋਈ ਪ੍ਰੋਬਲਮ ਨਹੀਂ ਆਉਂਦੀ। ਮੇਰੇ ਕੋਲ ਕਾਫੀ ਸਵਾਲ ਸੀ ਅਤੇ ਉਹਨਾਂ ਦੇ ਮੈਂ ਜਵਾਬ ਵੀ ਦੇ ਦਾਂ ਅੱਜ। ਆਪਾਂ ਲੈ ਕੇ ਆਇਆ ਅੱਜ ਵਰਕ ਵਾਲਾ ਸੂਟ, ਠੀਕ ਹੈ, ਜਿਹਦੇ ਉੱਪਰ ਗਲਾ ਬਣਿਆ ਹੁੰਦਾ, ਆਪਾਂ ਉਹਦੀ ਕਟਿੰਗ ਦੱਸਣੀ ਆ ਅੱਜ ਵੀ। ਇਹਦੀ ਆਪਾਂ ਕਟਿੰਗ ਕਿਵੇਂ ਕਰਨੀ ਆ, ਇਹਨੂੰ ਇੱਕ ਵਾਰ ਆਪਾਂ ਸਿੱਧਾ ਹੀ ਰੱਖ ਲਾਂਗੇ, ਇਹਨਾਂ ਨੂੰ ਦੋ ਪੱਲੇ ਹੁੰਦੇ, ਇਹਨਾਂ ਨੂੰ ਅਲੱਗ ਅਲੱਗ ਕਰ ਲਓ, ਆਪਾਂ ਇਹਨੂੰ ਸਿੱਧਾ ਰੱਖ ਲਓ ਇੱਦਾਂ ਕਰਕੇ। ਗਲੇ ਦਾ ਭੱਦ ਕਰ ਲੈਣਾ, ਇਹਦੇ ਵਿੱਚ ਕੋਈ ਖਾਸ ਹੁੰਦੀ ਨਹੀਂ ਗੱਲਬਾਤ ਐਡੀ, ਅਤੇ ਬਟ ਫਿਰ ਵੀ ਮੈਨੂੰ ਭੈਣਾਂ ਨੇ ਕਿਹਾ ਤੁਸੀਂ ਵੀਡੀਓ ਬਣਾ ਕੇ ਪਾਓ, ਅਤੇ ਮੈਂ ਹੁਣ ਲੱਗੀ ਹਾਂ ਤੁਹਾਡੀ ਪ੍ਰੋਬਲਮ ਦਾ ਹੱਲ ਕਰਨ। ਆਹ ਦੇਖੋ, ਜਿਹੜੇ ਦੇ ਉੱਪਰ ਗਲੇ 'ਤੇ ਵੀ ਵਰਕ ਹੁੰਦਾ, ਨੀਚੇ ਘੇਰੇ 'ਤੇ ਵੀ ਵਰਕ ਹੁੰਦਾ, ਉਹਦਾ ਕੀ ਚੱਕਰ ਪੈਂਦਾ? ਜਿਹੜਾ ਤਾਂ ਵਧੀਆ ਹੁੰਦਾ ਕੱਪੜਾ, ਮਹਿੰਗਾ ਹੁੰਦਾ, ਉਹਦਾ ਦੇਖੋ ਇੱਧਰ ਗਲਾ ਸੇਮ ਆ ਨਾ, ਇੱਥੇ ਵੀ ਆ ਰਿਹਾ, ਇੱਧਰ ਆ ਰਿਹਾ, ਸੇਮ ਇਹ ਹੋ ਗਿਆ, ਅਤੇ ਹੁਣ ਆ ਗਿਆ ਆਪਣਾ ਘੇਰਾ। ਘੇਰਾ ਜਦੋਂ ਆਪਾਂ ਇੱਕੋ ਜਿਹਾ ਕਰਦੇ ਹਾਂ, ਇੰਨਾ ਫਰਕ ਪੈ ਰਿਹਾ, ਕਿਉਂਕਿ ਇਹ ਸਿਰਫ ਵਰਕ ਨਹੀਂ ਹੋਇਆ ਵੀ, ਪੱਟੀ ਲੱਗੀ ਹੋਈ ਹੈ, ਇਹ ਆਪਾਂ ਪੱਟੀ ਪੱਟ ਕੇ ਵੀ ਸਿੱਧੀ ਕਰ ਸਕਦੇ ਹਾਂ। ਜਿਹੜੇ ਦੇ ਵਰਕ ਹੋਇਆ ਹੁੰਦਾ ਉਹ ਕਦੇ ਵਾਸਤੇ ਵੀ ਸਿੱਧਾ ਨਹੀਂ ਹੁੰਦਾ, ਉਹ ਇੱਕ ਪਾਸਾ ਵੱਡਾ ਜਾਊਗਾ, ਇੱਕ ਪਾਸਾ ਛੋਟਾ ਜਾਊਗਾ। ਦੇਖੋ ਇਹ ਇੱਧਰ ਇੰਨਾ ਲਮਕ ਰਿਹਾ ਅਤੇ ਇੱਧਰ ਆ ਇੰਨਾ, ਸਿਰਫ ਇਹ ਇੰਨਾ ਕੀ ਫਰਕ ਆ, ਇਹ ਆਪਣਾ ਨਿਕਲ ਜੂਗਾ ਕਿਉਂਕਿ ਪੱਟੀ ਲੱਗੀ ਹੈ, ਨੀਚੇ ਕਰ ਦਾਂਗੇ, ਇੱਕੋ ਜਿਹਾ ਕਰ ਦਾਂਗੇ ਆਪਾਂ। ਅਤੇ ਇਹਦੀ ਆਪਾਂ ਕਸਟਮਰ ਦਾ ਨਾਪ ਵਗੈਰਾ ਦੇਖ ਲਓ ਕਿੰਨਾ। ਨਾਪ ਲੈਣ ਵੇਲੇ ਆਪਾਂ ਕੀ ਕਰਨਾ, ਆਪਾਂ ਹਿੱਪ ਦਾ ਵੀ ਨਾਪ ਲੈਣਾ ਅਤੇ ਛਾਤੀ ਦਾ ਵੀ ਨਾਪ ਲੈਣਾ, ਗਲੇ ਦਾ ਵਿਚਾਲਾ ਕਰਕੇ, ਜਿਵੇਂ ਉਹਨਾਂ ਦੀ ਹਿੱਪ ਹੈਗੀ 21 ਇੰਚ, ਅਤੇ ਜੇ ਆਪਾਂ ਪਾਈਪਿੰਗ ਜਾਂ ਲੈਸ ਲਾਉਣੀ ਆਪਾਂ 4 ਇੰਚ ਵਧਾ ਕੇ ਰੱਖਾਂਗੇ, ਯਾਨੀ ਕਿ ਇੱਕ ਪਾਸੇ ਦਾ ਆਊਗਾ ਆਪਣੇ ਕੋਲ 2 ਇੰਚ, 12.5-12.5 ਇੰਚ ਦੇ ਆਪਾਂ ਨਿਸ਼ਾਨ ਲਾ ਲਾਂਗੇ। ਗਲਾ ਆਪਾਂ ਦੇਖ ਲਓ ਵੀ ਗਲਾ ਆਪਾਂ ਕਿੰਨਾ ਰੱਖਣਾ, ਜੇ ਤਾਂ ਆਪਾਂ ਜ਼ਿਆਦਾ ਡੀਪ ਰੱਖਣਾ ਤਾਂ ਆਪਾਂ ਉੱਪਰ ਰੱਖ ਸਕਦੇ, ਨਹੀਂ ਆਪਾਂ ਬਸ ਥੋੜ੍ਹਾ ਜਿਹਾ ਰੱਖ ਕੇ 1.25 ਇੰਚ ਇਹਦੀ ਕਟਿੰਗ ਕਰ ਦਾਂਗੇ। ਆਹ ਜਿਹੜੀ ਇਹਨਾਂ ਨੇ ਪਾਈਪਿੰਗ ਦਿੱਤੀ ਹੋਈ ਹੈ, ਇਹ ਚਾਕਾਂ ਦੀ ਅਤੇ ਬਾਹਾਂ ਦੀ ਦਿੱਤੀ ਹੋਈ ਹੈ। ਆ ਗਿਆ ਆਪਣਾ ਬੈਕ ਵਾਲਾ ਪੱਲਾ, ਬੈਕ ਵਾਲਾ ਪੱਲਾ ਵੀ ਇਹਨਾਂ ਨੇ ਆਪਦਿਆਂ ਨੇ ਤਾਂ ਉੱਦਾਂ ਹੀ ਦਿੱਤਾ ਹੋਇਆ ਲੈਸ ਵਗੈਰਾ ਲਾ ਕੇ।
ਬੈਕ ਵਾਲਾ ਪੱਲਾ ਤੁਸੀਂ ਦੇਖ ਲਓ, ਜੇ ਤਾਂ ਕਾਣ ਕੂਣ ਹੈਗਾ ਫਿਰ ਤਾਂ ਅਲੱਗ ਕਰਕੇ ਲਾ ਲਓ, ਨਹੀਂ ਉੱਪਰ ਰੱਖ ਕੇ ਵੀ ਆਪਾਂ ਕਟਿੰਗ ਕਰ ਸਕਦੇ ਹਾਂ। ਜਿਵੇਂ ਆਪਣਾ ਹੈਗਾ 25-25 ਇੰਚ, ਕਮੀਜ਼ ਦੀ ਕਟਿੰਗ ਕਰਨ ਵੇਲੇ ਇੱਕ ਮੇਨ ਚੀਜ਼ ਆਪਣੀ ਕੀ ਹੁੰਦੀ ਆ, ਜਦੋਂ ਮੈਂ ਕੱਲ੍ਹ ਵਾਲੀ ਵੀਡੀਓ 'ਚ ਵੀ ਦੱਸਿਆ ਸੀ ਤੁਹਾਨੂੰ, ਜਦੋਂ ਆਪਾਂ ਕਮੀਜ਼ ਦੀ ਕਟਿੰਗ ਕਰਦੇ ਹਾਂ ਨਾ ਪੱਲਾ ਚੱਕਦੇ ਆਪਾਂ, ਐਂ ਕਰਕੇ ਇੱਕ ਵਾਰ ਦੋਨੇ ਪੱਲੇ ਐਂ ਦੇਖ ਲਿਆ ਕਰੋ, ਇਹਦੇ ਵਿੱਚ ਕਾਣ ਤਾਂ ਨਹੀਂ ਹੈਗਾ। ਕੱਲ੍ਹ ਇੱਕ ਭੈਣ ਨੇ ਮੈਨੂੰ ਮੈਸੇਜ ਕੀਤਾ ਸੀਗਾ, ਉਹ ਕਹਿੰਦੀ ਮੈਮ ਮੈਂ ਕਮੀਜ਼ ਦੀ ਕਟਿੰਗ ਕੀਤੀ ਬਟ ਉਹਦੇ ਵਿੱਚ ਕਾਣ ਆ ਰਿਹਾ। ਮੈਂ ਤੁਹਾਨੂੰ ਵਾਰ ਵਾਰ ਇਹੀ ਗੱਲ ਸਮਝਾਉਣੀ ਆ ਵੀ ਕੱਪੜੇ ਨੂੰ ਇੱਕ ਵਾਰ ਨਾ ਚੱਕ ਕੇ ਦੇਖ ਲਿਆ ਕਰੋ, ਜੇ ਆਪਾਂ ਪ੍ਰੈਸ ਮਾਰ ਲੈਂਦੇ ਨਾ ਫਿਰ ਵੀ ਉਦੋਂ ਕਾਣ ਦਾ ਨਹੀਂ ਪਤਾ ਲੱਗਦਾ ਬਟ ਉਹ ਬਾਅਦ 'ਚ ਪਤਾ ਲੱਗਦਾ। ਦੇਖੋ ਇਹਦੇ ਵਿੱਚ ਕਾਣ ਨਹੀਂ ਹੈਗਾ। ਹੁਣ ਆਪਾਂ ਇਹਨੂੰ ਪ੍ਰੋਪਰ ਵਿਛਾ ਲਿਆ ਕੱਪੜੇ ਨੂੰ, ਠੀਕ ਹੈ। ਮੈਂ ਇੱਕ ਪਹਿਲਾਂ ਵੀਡੀਓ ਪਾਈ ਸੀਗੀ ਕਮੀਜ਼ ਦੀ ਕਟਿੰਗ ਦੀ, ਉਹਦੇ ਵਿੱਚ ਕੀ ਹੋਇਆ ਸੀ ਮੈਂ ਪਿਛਲਾ ਪਾਸਾ ਅੱਧਾ ਇੰਚ ਵੱਡਾ ਰੱਖਿਆ ਸੀਗਾ, ਉਹ ਮੈਨੂੰ ਭੈਣਾਂ ਨੇ ਮੈਸੇਜ ਕੀਤੇ ਸੀ ਤੁਸੀਂ ਅੱਧਾ ਇੰਚ ਵੱਡਾ ਕਿਉਂ ਰੱਖਦੇ ਹੋ। ਇਹ ਆਪਾਂ ਅੱਧਾ ਇੰਚ ਵੱਡਾ ਤਾਂ ਰੱਖਦੇ ਹਾਂ ਤਾਂ ਕਿ ਆਪਣਾ ਗਲਾ ਪਿੱਛੇ ਨੂੰ ਨਾ ਜਾਵੇ ਇੱਕ ਤਾਂ, ਅਤੇ ਇੱਕ ਆਪਣਾ ਹੁੰਦਾ ਮੋਢਾ ਨਾ ਡਿੱਗੇ। ਹੁਣ ਆਪਾਂ ਲਾਵਾਂਗੇ ਤੀਰੇ ਦੇ ਨਿਸ਼ਾਨ, ਉਹੀ 7 ਇੰਚ ਹੀ ਲਾਵਾਂਗੇ ਆਪਾਂ। ਤੀਰੇ ਦੇ ਨਿਸ਼ਾਨ 7 ਇੰਚ ਜਿਹੜਾ ਆਪਾਂ ਲਾਉਣਾ ਇਹ ਆਪਾਂ ਪਿਛਲੇ ਪੱਲੇ ਤੋਂ ਲਾਉਣਾ, ਫਰੰਟ ਤੋਂ ਨਹੀਂ ਲਾਉਣਾ ਹੈਗਾ। 7-7 ਇੰਚ ਦਾ ਆਪਾਂ ਡੱਬਾ ਬਣਾ ਲਿਆ, ਜਿਵੇਂ ਕਿ ਇਹਨਾਂ ਦੀ ਛਾਤੀ ਹੈਗੀ 19 ਇੰਚ, ਆਪਾਂ ਰੱਖਾਂਗੇ 9.5 ਇੱਥੇ, ਠੀਕ ਹੈ। 9.5 ਇੰਚ ਆਪਾਂ ਇੱਥੇ ਰੱਖਾਂਗੇ। ਹੁਣ ਆਪਾਂ ਕੀ ਕਰਨਾ, ਉਹੀ ਕੱਲ੍ਹ ਮੈਂ ਦੱਸਿਆ ਸੀ ਬਟ ਫਿਰ ਅੱਜ ਮੈਂ ਫਿਰ ਦੱਸ ਦਿੰਦੀ ਹਾਂ, 3.5 ਇੰਚ। ਅਤੇ ਜਿਵੇਂ ਹੁਣ ਕੱਲ੍ਹ ਵਾਲੇ ਕਮੀਜ਼ 'ਤੇ 1.5 ਇੰਚ ਦੀ ਕਾਟ ਪਾਈ ਸੀ, ਇਹਦੇ ਆਪਾਂ 2 ਦੀ ਪਾਵਾਂਗੇ ਇੱਥੇ, ਠੀਕ ਹੈ। ਇੱਥੋਂ ਆਪਾਂ ਟੱਚ ਕਰਕੇ ਇਹਨੂੰ ਲੈ ਕੇ ਜਾਣਾ, ਇਹਦੇ ਨਾਲ ਮਿਲਾ ਦਾਂਗੇ। ਆਹ ਤਾਂ ਹੋ ਗਈ ਆਪਣੀ ਮੋਢੇ ਦੀ ਕਾਟ। ਫਿਰ ਇੱਕ ਇਹਦਾ ਪ੍ਰੋਬਲਮ ਵੀ ਇੱਦਾਂ ਆ ਰਹੀ ਸੀਗੀ, ਕਹਿੰਦੇ ਵੀ ਤੁਸੀਂ ਜਿਵੇਂ ਕਿ ਰੱਖਿਆ 7 ਇੰਚ ਮੋਢਾ, ਠੀਕ ਹੈ, 7 ਇੰਚ ਮੋਢਾ ਰੱਖਿਆ, ਇਹ ਕਿਉਂ ਰੱਖਿਆ, ਪਹਿਲਾ ਸਵਾਲ ਸੀ। ਦੂਸਰਾ ਸੀ ਵੀ ਛਾਤੀ ਹੈਗੀ ਆ 25 ਇੰਚ, ਮੋਢਾ ਫਿਰ ਵੀ 7 ਇੰਚ, ਉਹ ਵਧੂਗਾ ਕਿਵੇਂ, ਉਹ ਵਧੂਗਾ ਐਵੇਂ। ਆਹ ਦੇਖੋ ਜਿਵੇਂ ਹੁਣ ਇੱਥੇ ਲਾ ਕੇ ਦੱਸਦੇ ਹਾਂ 25 ਇੰਚ ਇੱਥੇ ਆ ਗਿਆ ਅੰਡ 'ਤੇ, ਠੀਕ ਹੈ। ਹੁਣ ਇਹਨੂੰ ਆਪਾਂ ਜਦੋਂ ਐਂ ਕਰਦੇ ਹੋਏ ਲੈ ਕੇ ਜਾਵਾਂਗੇ, ਐਵੇਂ ਲੈ ਕੇ ਗਏ ਆਪਾਂ, ਫਿਰ ਉਹਦੀ ਫਰੰਟ ਦੀ ਕਾਟ ਪਾਵਾਂਗੇ ਆਪਾਂ, ਜਿਵੇਂ ਕਿ 25 ਇੰਚ ਦੇ ਪਾਊਗੀ 15 ਇੰਨੀ, ਇੱਦਾਂ ਐਵੇਂ ਕਰਕੇ। ਹੁਣ ਮੋਢਾ ਨਾਪ ਕੇ ਦੇਖੋ ਤੁਸੀਂ, ਮੋਢਾ ਕਿੰਨਾ ਆ ਰਿਹਾ, 11 ਆ ਰਿਹਾ, 11 ਆ ਜੇ 12 ਆ ਜੇ, ਜਿੰਨਾ ਤੁਸੀਂ ਮੋਢਾ ਵਧਾਉਣਾ ਚਾਹੁੰਦੇ ਹੋ ਉਨਾ ਮੋਢਾ ਵੱਧ ਜੂਗਾ ਆਪਣਾ, ਠੀਕ ਹੈ। ਹੁਣ ਆਪਾਂ ਕੀ ਕਰਨਾ, ਹੁਣ ਆਪਾਂ ਇਹ ਕੋਈ ਕਾਟ ਨਹੀਂ ਰੱਖਣੀ, ਆਪਾਂ 7 ਇੰਚ ਦਾ ਮੋਢਾ ਲਾ ਲਿਆ, ਛਾਤੀ ਹੈਗੀ ਆ 19 ਇੰਚ, ਆਹ ਕਾਟ ਇਹਨਾਂ ਦੀ ਸਹੀ ਹੈ। ਫਿਰ ਆ ਗਈਆਂ ਆਪਣੀਆਂ ਪਲੇਟਾਂ, ਪਲੇਟਾਂ ਦੇ ਵਿੱਚ ਨਹੀਂ ਪੈਣਗੀਆਂ ਕਿਉਂਕਿ ਹੈਵੀ ਵਰਕ ਹੈ, ਹੈਵੀ ਵਰਕ ਕਰਕੇ ਅਤੇ ਸਾਰਾ ਵਰਕ ਪੱਟਣਾ ਪਊਗਾ ਤਾਂ ਕਰਕੇ ਫਿਨਿਸ਼ਿੰਗ ਨਹੀਂ ਆਊਗੀ ਜੇ ਆਪਾਂ ਪਲੇਟਾਂ ਨਹੀਂ ਪਾਵਾਂਗੇ। ਕਹਿੰਦੀ ਬੈਕ ਵਾਲੀਆਂ ਪਲੇਟਾਂ ਪਾ ਲਾਂਗੇ ਆਪਾਂ ਜੇ ਲੱਗਿਆ, ਅਤੇ ਬਾਕੀ ਆ ਗਿਆ ਆਪਣਾ ਹਿੱਪ ਵਾਲੀ ਸਾਈਡ ਸੀਨ, ਇਹ ਆਪਾਂ ਰੱਖਦੇ ਹੁੰਦੇ ਹਾਂ 15 'ਤੇ, ਇੱਥੋਂ ਰੱਖਾਂਗੇ ਆਪਾਂ 10.5,
ਕਮਰ ਆ ਗਈ। ਜਿਹੜਾ ਆਪਾਂ ਕਮਰ ਦਾ ਨਾਪ ਲਾਉਣਾ ਹੁੰਦਾ ਨਾ ਉਹ ਆਪਾਂ ਲਾਵਾਂਗੇ, ਜਿਵੇਂ ਚਲ ਮੈਂ ਪਲੇਟਾਂ ਨਿਸ਼ਾਨ ਲਾ ਹੀ ਦੇਵਾਂ ਇੱਕ ਵਾਰ, ਇਹਨਾਂ ਦੀ ਪਲੇਟ ਹੈਗੀ 11 ਤੇ ਆਪਾਂ ਲਾਵਾਂਗੇ 11.5 'ਤੇ, ਠੀਕ ਹੈ। 3.5 ਦੀ ਹੋ ਗਈ ਚੌੜਾਈ। ਪਲੇਟ ਦੀ ਲੈਂਥ ਤੁਸੀਂ 7 ਵੀ ਰੱਖ ਸਕਦੇ ਹੋ, 8 ਵੀ ਰੱਖ ਸਕਦੇ ਹੋ। ਜੇ ਤਾਂ ਕਸਟਮਰ ਦੀ ਹਾਈਟ ਲੰਬੀ ਹੈ ਤਾਂ ਤੁਸੀਂ 8 ਰੱਖ ਲਓ, ਜੇ ਛੋਟੀ ਆ ਤਾਂ ਤੁਸੀਂ 7 ਰੱਖ ਸਕਦੇ ਹੋ, ਠੀਕ ਹੈ। ਆਹ ਦੇਖੋ ਆ ਗਿਆ ਪਲੇਟ, ਆ ਗਈ ਆਪਣੀ ਪਲੇਟ ਦਾ ਅੱਧਾ ਆ ਗਿਆ 3.5 ਇੱਥੇ, ਆਹ ਚੀਜ਼ ਤਿਆਰ ਗਈ। ਹੁਣ ਆਪਾਂ ਇੱਧਰੋਂ ਜਿੰਨਾ ਪਲੇਟਾਂ 'ਚ ਦੇਣਾ ਉਨਾ ਆਪਾਂ ਰੱਖ ਕੇ, ਜਿਵੇਂ ਕਿ ਇਹਨਾਂ ਦੀ ਕਮਰ ਹੈਗੀ ਆ 16.5। ਐਂ ਕਰਕੇ ਨਿਸ਼ਾਨ ਲਾ ਦਿੰਦੇ। ਹੁਣ ਇਹਦੀ ਆਪਾਂ ਮੋਢੇ ਦੀ ਕਰ ਲਾਂਗੇ ਕਟਿੰਗ, ਬਹੁਤ ਜ਼ਿਆਦਾ ਹੈਵੀ ਵਰਕ ਹੈ ਇਹਨਾਂ ਦਾ। ਫਿਰ ਆਹ ਵਾਲਾ ਕੱਟ ਆਪਾਂ ਨੂੰ ਲਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ, ਚਾਹੇ ਤੁਸੀਂ ਲਾਈਨਿੰਗ ਵਾਲਾ ਸੂਟ ਬਣਾ ਰਹੇ ਹੋ। ਇਹਦਾ ਗਲਾ ਬਣਿਆ ਹੋਇਆ, ਸਟੋਨ ਵਗੈਰਾ ਸਾਰਾ ਕੁਛ ਇਹਦੇ ਉੱਪਰ ਲੱਗਿਆ ਹੋਇਆ। ਇਹਦੇ 'ਤੇ ਹੁਣ ਆਪਾਂ ਬੁਕਰਮ ਵਾਲਾ ਗਲਾ ਨਹੀਂ ਬਣਾਵਾਂਗੇ, ਜੇ ਤਾਂ ਜ਼ਿਆਦਾ ਕੱਪੜਾ ਇਹ ਵੈਸੇ ਹੈਗਾ ਜੈਮ ਕੋਟਨ ਦਾ, ਇਹਦੇ 'ਤੇ ਆਪਾਂ ਨੂੰ ਪੇਪਰ ਪੇਸਟਿੰਗ ਲਾਉਣ ਦੀ ਲੋੜ ਨਹੀਂ ਹੈਗੀ, ਨਹੀਂ ਆਪਾਂ ਪੇਪਰ ਪੇਸਟਿੰਗ ਲਾ ਲਾਂਗੇ। ਇਹਦੇ ਆਪਾਂ 10x10 ਦਾ ਕੱਪੜਾ ਲੈ ਲਾਂਗੇ, ਇੱਦਾਂ ਰੱਖ ਕੇ ਤੁਸੀਂ ਐਂ ਸਿਲਾਈ ਵੀ ਮਾਰ ਸਕਦੇ ਹੋ। ਨਹੀਂ ਸਿਲਾਈ ਲਾਉਣੀ ਤਾਂ ਬਸ ਇਹਨੂੰ ਇੱਦਾਂ ਕਰਕੇ ਰੱਖੋ, ਜਿਵੇਂ ਕਿ ਨੀਚੇ ਕੱਪੜਾ ਰੱਖਿਆ ਹੋਇਆ ਉਹਦੇ ਉੱਪਰ ਆਪਾਂ ਪੁੱਠਾ ਗਲਾ ਰੱਖ ਸ਼ੂਟ ਰੱਖ ਲਾਂਗੇ। ਇਹਦੇ ਆਪਾਂ ਨਾਲ ਨਾਲ ਸਿਲਾਈ ਲਾਵਾਂਗੇ। ਗਲਾ ਆਪਣਾ ਲੱਗ ਗਿਆ, ਹੁਣ ਆਪਾਂ ਕੀ ਕਰਾਂਗੇ, ਆਪਾਂ ਇਹਦੀ ਕਟਿੰਗ ਆ ਗਿਆ, ਹੁਣ ਆਪਾਂ ਇਹਦੀ ਕਟਿੰਗ ਕਰ ਲਾਂਗੇ। ਉਹੀ ਬਸ ਅੱਧਾ ਅੱਧਾ ਇੰਚ, ਕਟਿੰਗ ਆਪਣੀ ਹੋ ਗਈ। ਆਪਾਂ ਇਹਦੇ ਵਿੱਚ ਕੱਟ ਪਾ ਲਓ, ਫਿਰ ਉਸ ਤੋਂ ਬਾਅਦ ਜਿੰਨਾ ਜਿੰਨਾ ਆਪਾਂ ਇਹ ਫੋਲਡ ਕਰਨਾ ਨਾ ਉਹਨਾਂ ਉਹਨਾਂ ਰੱਖ ਕੇ ਐਕਸਟਰਾ ਆਪਾਂ ਸਾਰਾ ਲਾ ਦਾਂਗੇ ਇਹਦੇ ਨਾਲੋਂ। ਹੁਣ ਆਪਾਂ ਇਹਨੂੰ ਇੱਦਾਂ ਹੀ ਰੱਖਣਾ, ਇੱਦਾਂ ਰੱਖ ਕੇ ਇਹਦੇ ਉੱਪਰ ਜੇ ਤੁਸੀਂ ਪ੍ਰੈਸ ਲਾਉਣੀ ਚਾਹੁੰਦੇ ਹੋ ਤਾਂ ਪ੍ਰੈਸ ਵੀ ਲਾ ਸਕਦੇ ਹੋ, ਨਹੀਂ ਪ੍ਰੈਸ ਲਾਉਣੀ ਚਾਹੁੰਦੇ ਤਾਂ ਕੋਈ ਐਡਾ ਖਾਸ ਚੱਕਰ ਵੀ ਹੈ ਨਹੀਂ, ਆਪਾਂ ਇਹਨੂੰ ਐਂ ਕਰਕੇ ਫੋਲਡ ਕਰਕੇ ਮੋਟੀ ਸਿਲਾਈ ਲਾ ਦਾਂਗੇ ਇੱਕ ਵਾਰ, ਜਿਹੜਾ ਕਿ ਆਪਾਂ ਨੂੰ ਤਰਪਾਈ ਕਰਨ ਵੇਲੇ ਸੌਖਾ ਰਹੇ, ਨਹੀਂ ਤਾਂ ਤਰਪਾਈ ਵਾਲੀਆਂ ਭੈਣਾਂ ਪਤਾ ਹੀ ਕਿੰਨੇ ਨਖਰੇ ਮਾਰਦੀਆਂ ਨੇ ਜੇ ਸਿਲਾਈ ਨਾ ਕਰਦੀ ਹੋਵੇ ਢੰਗ ਨਾਲ। ਵੈਸੇ ਸਾਡੀ ਭੈਣ ਬਹੁਤ ਵਧੀਆ, ਉਹ ਤਾਂ ਮਾੜਾ ਮੋਟਾ ਟੇਢਾ ਮੇਢਾ ਹੋਇਆ ਵੀ ਹੁੰਦਾ ਨਾ, ਪੱਟ ਕੇ ਵਿਚਾਰੀ ਸਹੀ ਕਰ ਲੈਂਦੀ ਆ। ਹਾਂਜੀ ਮੈਨੂੰ ਸਾਰੇ ਕਈ ਕਮੈਂਟ ਕਰਦੇ ਰਹਿੰਦੇ ਆ ਵੀ ਤੁਸੀਂ ਆਪਣਾ ਐਡਰੈੱਸ ਦੱਸੋ। ਮੇਰਾ ਐਡਰੈੱਸ ਹੈਗਾ ਜੀ ਗੁਰੂ ਕੀ ਨਗਰੀ, ਨੇੜੇ ਸਮਰ ਹਿੱਲ ਸਕੂਲ, ਢਿੱਲੋਂ ਬੁਟੀਕ। ਸਮਰ ਹਿੱਲ ਕੋਲ ਆ ਕੇ ਸਾਹਮਣੇ ਦਿਖ ਜਾਂਦਾ, ਵੈਸੇ ਤੁਸੀਂ ਲੋਕੇਸ਼ਨ ਲਾ ਕੇ ਵੀ ਆ ਸਕਦੇ ਹੋ।
ਆ ਦੇਖੋ ਗਲਾ ਆਪਣਾ ਤਿਆਰ ਹੋ ਗਿਆ। ਹੁਣ ਆਪਾਂ ਇਹਦੇ ਵਿੱਚੋਂ ਸਾਰੀ ਕਟਿੰਗ ਵਟਿੰਗ ਕਰਕੇ ਇਹਨੂੰ ਇੱਦਾਂ ਕਰਕੇ ਫੋਲਡ ਕਰ ਦਾਂਗੇ। ਗਲਾ ਐਂ ਬਹੁਤ ਹੀ ਫਿਨਿਸ਼ਿੰਗ ਨਾਲ ਹੁੰਦਾ। ਜਿਹਦੇ ਉੱਪਰ ਆਪਾਂ ਪੇਪਰ ਪੇਸਟ ਨਹੀਂ ਲਾਉਂਦੇ ਫਿਰ ਥੋੜ੍ਹਾ ਜ਼ਿਆਦਾ ਮੋਟਾ ਮੋਟਾ ਹੋ ਜਾਣਾ ਸੀ, ਕਿਉਂਕਿ ਇੱਦਾਂ ਹੀ ਆ ਕੱਪੜਾ। ਹੁਣ ਆਪਾਂ ਕੱਟਾਂਗੇ ਬੈਕ ਗਲਾ। ਬੈਕ ਗਲੇ ਦੀ ਕਟਿੰਗ ਹੁੰਦੀ ਆ ਜਿਹੜੀ ਨਾ, ਉਹ ਆਪਾਂ ਦੋ ਤਰੀਕੇ ਨਾਲ ਕਰ ਸਕਦੇ ਹੁੰਦੇ ਹਾਂ। ਇੱਕ ਤਾਂ ਆਪਾਂ ਕਰ ਸਕਦੇ ਹੁੰਦੇ ਹਾਂ ਜੇ ਤਾਂ ਕੋਈ ਜ਼ਿਆਦਾ ਡੀਪ ਗਲੇ ਪਾਉਂਦਾ ਹੈ ਨਾ, ਫਿਰ ਤਾਂ ਆਪਾਂ 2.5 ਇੰਚ ਰੱਖ ਕੇ, ਨੋਰਮਲ ਗਲਾ ਹੁੰਦਾ 5.5 ਇੰਚ, ਉਸ ਤੋਂ ਬਾਅਦ ਤੁਸੀਂ ਜਿੰਨਾ ਮਰਜ਼ੀ ਰੱਖ ਸਕਦੇ ਹੋ, ਪਰ ਆਪਾਂ 5.5 ਤੋਂ ਘੱਟ ਨਹੀਂ ਰੱਖ ਸਕਦੇ, ਕਿਉਂਕਿ 5.5 ਤੋਂ ਘੱਟ ਦੀ ਨਾ ਗਲੇ ਦੀ ਉਹ ਨਹੀਂ ਆਉਂਦੀ, ਫਿਟਿੰਗ ਸਹੀ ਨਹੀਂ ਆਉਂਦੀ। ਅਰੇ ਪੱਟੀ ਆਪਾਂ ਕਿਵੇਂ ਕੱਟਣੀ ਆ, ਚੌਰਸ ਕੱਪੜਾ ਲੈ ਲਓ, ਚੌਰਸ ਕੱਪੜਾ ਕਰਕੇ ਇਹਦੇ ਵਿੱਚੋਂ ਆਪਾਂ ਕੱਢ ਸਕਦੇ ਹਾਂ। ਇਹ ਵੀਡੀਓ ਉਹ ਭੈਣਾਂ ਲਈ ਆ ਜਿਹੜੀਆਂ ਮੇਰੇ ਨਾਲ ਨਾਲ ਕੰਮ ਕਰ ਰਹੀਆਂ ਨੇ, ਮੈਨੂੰ ਦੇਖ ਦੇਖ ਕੇ ਬਣਾ ਰਹੀਆਂ ਨੇ ਹੈ ਨਾ। ਆਪ ਦੀ ਅਰੇ ਪੱਟੀ ਆ, ਅਰੇ ਪੱਟੀ ਲਾਉਣ ਦੇ ਵੀ ਭੈਣ ਦੋ ਤਰੀਕੇ ਹੁੰਦੇ ਆ। ਇੱਕ ਆਪਾਂ ਇਹਨੂੰ ਡਬਲ ਕਰਕੇ ਲਾ ਸਕਦੇ ਹਾਂ, ਇੱਕ ਇਹਨੂੰ ਆਪਾਂ ਸਿੰਗਲ ਕਰਕੇ ਲਾ ਸਕਦੇ ਹਾਂ। ਡਬਲ ਆਪਾਂ ਇਹਨੂੰ ਇੱਦਾਂ ਕਰ ਲਓ, ਉਹ ਤੁਸੀਂ ਦੇਖੋ ਵੀ ਤੁਸੀਂ। ਵੈਸੇ ਜਿਹੜੇ ਮੇਰੇ ਮਤਲਬ ਕਿ ਵੀ ਪਹਿਲੀ ਵਾਰ ਲਾ ਰਹੇ ਆ ਉਹ ਤਾਂ ਇੱਕ ਵਾਰ ਸਿੰਗਲ ਹੀ ਲਾਓ, ਕਿਉਂਕਿ ਉਹਨਾਂ ਨੂੰ ਤਿੰਨ ਕੱਪੜੇ ਸੰਭਾਲਣੇ ਥੋੜ੍ਹੇ ਜਿਹੇ ਔਖੇ ਹੁੰਦੇ ਆ। ਆ ਦੇਖੋ ਆਪਣੀ ਪੱਟੀ ਲੱਗ ਚੁੱਕੀ ਆ। ਹੁਣ ਜਿਹੜਾ ਆਪਣੇ ਕੋਲ ਆ ਮਾੜਾ ਮੋਟਾ ਵੱਧ ਆ ਜੀ, ਆਪਾਂ ਕਟਿੰਗ ਵੀ ਕਰ ਸਕਦੇ ਹਾਂ, ਨਹੀਂ ਕਟਿੰਗ ਕਰਨੀ ਤੁਸੀਂ ਕੱਟ ਲਾ ਦਿਓ। ਕਹਿੰਦੇ ਵੀ ਰੇ ਪੱਟੀ ਲਾ ਕੇ ਕੱਟ ਨਹੀਂ ਲਾਉਣੇ ਚਾਹੀਦੇ। ਮੈਂ ਯਾਰ ਪਹਿਲਾਂ ਨਹੀਂ ਲਾਉਂਦੀ ਸੀ, ਉਹਨਾਂ ਫਿਨਿਸ਼ਿੰਗ ਨਾਲ ਨਹੀਂ ਫੋਲਡ ਹੁੰਦੀ ਸੀਗੀ, ਜੇ ਆਪਾਂ ਕੱਟ ਲਾ ਲਈਏ ਤਾਂ ਫਿਰ ਉਹ ਬਹੁਤ ਜ਼ਿਆਦਾ ਸੋਹਣੀ ਬਣ ਜਾਂਦੀ ਹੈ। ਹੁਣ ਆਪਾਂ ਇਹਨੂੰ ਕੀ ਕਰਨਾ, ਆਪਾਂ ਇਹਨੂੰ ਐਂ ਕਰਕੇ ਇਹਦੇ ਉੱਪਰ ਨਹੁੰ ਮਾਰ ਲਾਂਗੇ ਜਾਂ ਪ੍ਰੈਸ ਮਾਰ ਲਓ ਕੁਛ ਵੀ, ਬਟ ਮੈਨੂੰ ਪ੍ਰੈਸ ਲਾਉਣ ਦੀ ਬਹੁਤ ਜ਼ਿਆਦਾ ਕੌਲ ਰਹਿੰਦੀ ਹੈ। ਪਹਿਲਾਂ ਆਪਾਂ ਰੇਬ ਲੀਰ ਲਾਈ, ਫਿਰ ਉਹਦੇ ਵਿੱਚ ਕੱਟ ਪਾਏ, ਫਿਰ ਆਪਾਂ ਜਮਾਂ ਇਹਦੇ ਉੱਪਰ ਉੱਪਰ ਲੀਰ ਦੇ ਉੱਪਰ ਉੱਪਰ ਸਿਲਾਈ ਲਾਉਣੀ ਹੈ। ਠੀਕ ਹੈ, ਹੁਣ ਆਪਾਂ ਕੀ ਕਰਨਾ, ਹੁਣ ਜਿੰਨੀ ਲੀਰ ਆਪਾਂ ਨੂੰ ਚਾਹੀਦੀ ਹੈ ਉਨੀ ਰੱਖ ਕੇ ਆਪਾਂ ਬਾਕੀ ਐਂ ਫੋਲਡ ਕਰ ਲਾਂਗੇ। ਇਹ 'ਤੇ ਆਪਾਂ ਮੋਟੀ ਸਿਲਾਈ ਵੀ ਲਾ ਸਕਦੇ ਹਾਂ। ਆਹ ਲੱਗ ਗਈ ਆਪਣੀ ਰੇਬ ਲੀਰ, ਬੈਕ ਵਾਲਾ ਗਲਾ ਵੀ ਆਪਣਾ ਤਿਆਰ ਹੋ ਗਿਆ। ਹੁਣ ਜਿਹੜੀ ਆਹ ਲੀਰ ਸੀਗੀ ਇਹਦੀ ਆਪਾਂ ਸਾਰੀ ਦੀ ਕਟਿੰਗ ਕਰ ਦਾਂਗੇ।
ਕਟਿੰਗ ਕਰਕੇ ਤੁਹਾਨੂੰ ਮੈਂ ਦਿਖਾਉਣੀ ਆ ਵੀ ਕਿੱਦਾਂ ਦਾ ਫੋਲਡ ਹੋਊਗਾ। ਇਹਨੂੰ ਆਪਾਂ ਐਂ ਰੱਖ ਕੇ ਇਹਦੇ ਉੱਪਰ ਜਦੋਂ ਪ੍ਰੈਸ ਲਾਵਾਂਗੇ ਨਾ ਗਲੇ ਦੇ ਉੱਪਰ ਤਰਪਾਈ ਹੋ ਗਈ ਤਾਂ ਬਹੁਤ ਹੀ ਜ਼ਿਆਦਾ ਫਿਨਿਸ਼ਿੰਗ ਨਾਲ ਹੋਊਗਾ। ਬਾਕੀ ਹੁਣ ਆਪਾਂ ਕੀ ਕਰਨਾ, ਹੁਣ ਆਪਾਂ ਆਹ ਵਾਲਾ ਗਲਾ ਰੱਖਣਾ ਸਿੱਧਾ ਪਾਸਾ ਕਮੀਜ਼ ਦਾ ਬੈਕ ਵਾਲਾ, ਫਿਰ ਉਹਦੇ ਉੱਪਰ ਆਪਾਂ ਮੁੱਦਾ ਮਾਰਨਾ ਹੈ ਪੁੱਠਾ ਪਾਸਾ, ਮਤਲਬ ਕਿ ਸਿੱਧੇ ਪੱਲੇ ਨਾਲ ਸਿੱਧਾ ਪੱਲਾ ਮਿਲਾ ਕੇ ਇਹਨੂੰ ਤੁਸੀਂ ਐਂ ਵੀ ਸਿਲਾਈ ਮਾਰ ਸਕਦੇ ਹੋ ਅਤੇ ਨਹੀਂ ਇਹਨੂੰ ਉੱਪਰ ਐਂ ਕਰਕੇ ਫੋਲਡ ਵੀ ਕਰ ਸਕਦੇ ਹੋ। ਆਈ ਆਪਾਂ ਦੂਜਾ ਕਰਾਂਗੇ, ਪਹਿਲਾਂ ਇਹਨੂੰ ਐਂ ਕਰਕੇ ਫੋਲਡ ਕਰ ਲਓ ਫਿਰ ਇਹਨੂੰ ਉਹਦੇ ਉੱਪਰ ਮੁੱਦਾ ਮਾਰ ਕੇ ਆਪਾਂ ਸਿਲਾਈ ਲਾ ਦਾਂਗੇ। ਹੁਣ ਆਪਾਂ ਲਾਵਾਂਗੇ ਇਹਦੀ ਫਿਟਿੰਗ ਵਾਲੀ ਸੀਨ, ਕੁਛ ਇਹਦਾ ਕਰ ਚੁੱਕਿਆ। ਹੁਣ ਆਪਾਂ ਕੀ ਕਰਨਾ, ਹੁਣ ਆਪਾਂ ਇਹਦੀ ਫਿਟਿੰਗ ਵਾਲੀ ਸਿਲਾਈ ਲਾਉਣੀ ਹੈ। ਮੈਂ ਤਾਂ ਹੀ ਖੜੀ ਹੋ ਕੇ ਦਿਖਾ ਰਹੀ ਹਾਂ, ਦੇਖੋ ਆਪਾਂ ਜਿਹੜਾ ਕੱਟ ਲਾਇਆ ਸੀ ਨਾ ਆਹ ਵਾਲਾ ਕੱਟ ਲਾਇਆ ਸੀ, ਜਿਹੜਾ ਮੈਂ ਤੁਹਾਨੂੰ ਕਿਹਾ ਸੀ ਮੈਂ ਤੁਹਾਨੂੰ ਬਾਅਦ 'ਚ ਦੱਸਦੀ ਹਾਂ, ਬੈਕ ਕੱਟ ਬੈਕ ਪੱਲੇ ਦਾ ਵੀ ਅਤੇ ਫਰੰਟ ਪੱਲੇ ਦਾ ਵੀ ਕੱਟ ਨਾਲ ਕੱਟ ਮਿਲਾ ਕੇ ਆਪਾਂ ਇੱਥੋਂ ਫੜ ਲੈਣਾ ਕੱਪੜਾ। ਆਈ ਆਪਾਂ ਇੱਧਰਲੇ ਪਾਸੇ ਦਲ ਕਰਨਾ, ਕੱਟ ਨਾਲ ਕੱਟ ਮਿਲਾ ਕੇ ਆਪਾਂ ਕੀ ਕਰਨਾ ਕੱਪੜੇ ਨੂੰ ਝਾੜਨਾ। ਹੁਣ ਦੇਖੋ ਜੇ ਤਾਂ ਆਪਣੇ ਸਾਈਡ ਵਾਲੇ ਪੱਲੇ, ਹੁਣ ਮੈਂ ਤੁਹਾਨੂੰ ਕਿਵੇਂ ਦਿਖਾਵਾਂ, ਆਹ ਦੇਖੋ ਹੁਣ ਇਹ ਮੇਰੇ ਦੋਨੇ ਪੱਲੇ ਜਮਾਂ ਇੱਕੋ ਜਿਹਾ ਆ ਰਿਹਾ ਨਾ, ਫਰੰਟ ਵਾਲਾ ਵੀ ਅਤੇ ਬੈਕ ਵਾਲਾ ਵੀ, ਕੁਛ ਵੀ ਵੱਧ ਘੱਟ ਨਹੀਂ ਹੈਗਾ। ਕਈ ਵਾਰ ਕੀ ਹੁੰਦਾ ਜਦੋਂ ਆਪਾਂ ਪਲੇਟਾਂ ਪਾ ਦਿੰਦੇ ਹਾਂ ਜਾਂ ਕਈ ਵਾਰ ਕਿਸੇ ਕੱਪੜੇ 'ਚ ਹੀ ਇੱਦਾਂ ਦਾ ਹੁੰਦਾ, ਜਦੋਂ ਆਪਾਂ ਕੱਟ ਨਾਲ ਕੱਟ ਮਿਲਾਉਣੇ ਆ ਨਾ ਉਹ ਇੱਦਾਂ ਸ਼ੋਅ ਹੋਣ ਲੱਗ ਜਾਂਦਾ। ਦੇਖੋ ਫਰੰਟ ਵਾਲਾ ਪੱਲਾ ਇੱਧਰਲੇ ਪਾਸੇ ਆ ਰਿਹਾ ਅਤੇ ਬੈਕ ਵਾਲਾ ਪੱਲਾ ਇੱਧਰਲੇ ਪਾਸੇ ਆ ਰਿਹਾ, ਤਾਂ ਇਹਨੂੰ ਆਪਾਂ ਸਹੀ ਕਿਵੇਂ ਕਰਨਾ? ਸਹੀ ਇਹਨੂੰ ਕਰਨਾ ਜਮਾਂ ਇੱਕੋ ਜਿਹਾ ਕਰਕੇ ਇਹਨਾਂ ਨੂੰ ਝੜਕਾ ਦਿਓ। ਦੇਖੋ ਹੁਣ ਇਹ ਸਹੀ ਆ ਰਿਹਾ, ਇਹਦੇ 'ਚ ਹੁਣ ਆਪਾਂ ਨੂੰ ਕੁਛ ਕਰਨ ਦੀ ਲੋੜ ਨਹੀਂ। ਹੁਣ ਆਪਾਂ ਕੀ ਕਰਾਂਗੇ, ਆਪਾਂ ਇੱਥੋਂ ਇੱਕ ਵਾਰ ਕੱਚੀ ਸਿਲਾਈ ਲਾ ਕੇ ਫਿਰ ਆਪਾਂ ਇਹਦੀ ਫਿਟਿੰਗ ਬਣਾ ਦਾਂਗੇ। ਕਈ ਵਾਰ ਕੀ ਹੁੰਦਾ ਵੱਧ ਘੱਟ ਹੋ ਰਿਹਾ ਹੁੰਦਾ, ਫਿਰ ਆਪਾਂ ਕਰਨਾ ਹੁੰਦਾ ਜਿਹੜਾ ਕੱਪੜਾ ਇੱਧਰਲੇ ਪਾਸੇ ਵੱਧ ਰਿਹਾ ਉਹਨੂੰ ਆਪਾਂ ਨੀਚੇ ਨੂੰ ਕਰ ਦਾਂਗੇ, ਘਟਾ ਦਾਂਗੇ, ਦੂਸਰਾ ਆਪਾਂ ਉੱਪਰ ਕੱਢ ਦਾਂਗੇ, ਫਿਰ ਇਹਦੇ ਵਿੱਚ ਕਾਟ ਪਾਵਾਂਗੇ। ਫਿਰ ਇਹਦਾ ਮਤਲਬ ਕੀ ਹੁੰਦਾ ਕੱਪੜੇ 'ਚ ਕਾਣ ਹੁੰਦਾ, ਇਹ ਆਪਣਾ ਕਾਣ ਫਿਰ ਜਮ੍ਹਾਂ ਨਿਕਲ ਜੂਗਾ। ਫਿਟਿੰਗ ਵਾਲੀ ਸਿਲਾਈ ਲਾ ਦਾਂਗੇ ਇੱਕ ਵਾਰ ਮੋਟੀ, ਮੈਂ ਇੱਕ ਵਾਰ ਇਹ ਕਮੀਜ਼ ਤਾਂ ਤੁਹਾਨੂੰ ਇੱਦਾਂ ਹੀ ਦੱਸਿਆ, ਫਿਰ ਉਸ ਤੋਂ ਬਾਅਦ ਹੋਰ ਕੋਈ ਕਮੀਜ਼ ਬਣਾਉਂਗੀ ਨਾ ਉਹਦੇ ਵਿੱਚ ਤੁਹਾਨੂੰ ਦੱਸੂਗੀ ਵੀ ਕਾਣ ਕਿਵੇਂ ਕੱਢੀ ਦਾ ਹੁੰਦਾ, ਕਿਉਂਕਿ ਇਹਦੇ ਵਿੱਚ ਕਾਣ ਹੈ ਨਹੀਂ ਸੀਗਾ। ਹੁਣ ਮੈਂ ਕੱਚੀ ਸਿਲਾਈ ਲਾਈ ਇਹਦੇ ਉੱਪਰ, ਹੁਣ ਲਾਉਂਗੀ ਇਹਦੇ ਉੱਪਰ ਮੈਂ ਪੱਕੀ ਸਿਲਾਈ, ਇੱਕ ਵਾਰ ਇਹਨੂੰ ਇੱਦਾਂ ਹੀ ਕਰਕੇ ਫਿਟਿੰਗ ਦੇ ਨਿਸ਼ਾਨ ਲਾ ਲਾਂਗੇ ਆਪਾਂ। ਵੈਸੇ ਤਾਂ ਮੈਂ ਲਾ ਰੱਖੇ ਸੀ ਪਹਿਲੇ, ਬਟ ਫਿਰ ਵੀ ਆਪਾਂ ਨੂੰ ਇੱਕ ਵਾਰ ਬਾਹਾਂ ਚੜ੍ਹਨ ਤੋਂ ਪਹਿਲਾਂ ਪ੍ਰੋਪਰ ਫਿਟਿੰਗ ਆਪਾਂ ਨੂੰ ਚੈੱਕ ਕਰਨੀ ਚਾਹੀਦੀ ਆ।
ਮੋਢਾ ਕੱਟਿਆ ਸੀ ਉਦੋਂ ਮੈਂ ਸਿਰਫ ਕੱਟਿਆ ਸੀ 7 ਇੰਚ ਦੀ ਚੌੜਾਈ ਰੱਖੀ ਸੀ, 7 ਦੀ ਲੰਬਾਈ ਰੱਖੀ ਸੀ, ਠੀਕ ਹੈ। ਮੈਂ ਕੋਈ ਮੂਰਲੇ ਪੱਲੇ ਦੀ ਕਾਟ ਨਹੀਂ ਪਾਈ ਸੀ, ਮੈਂ ਕੁਛ ਨਹੀਂ ਕੀਤਾ ਸੀਗਾ, ਫਿਟਿੰਗ ਵਾਲਾ ਨਿਸ਼ਾਨ ਲਾਇਆ ਸੀ ਮੈਂ ਸਿਰਫ, ਜਾਂ ਪਲੇਟਾਂ ਵਗੈਰਾ ਦਾ, ਬਟ ਇਹਦੇ ਵਿੱਚ ਪਲੇਟਾਂ ਨਹੀਂ ਪਈਆਂ ਹੈਗੀਆਂ ਕਿਉਂਕਿ ਇਹ 'ਚ ਵਰਕ ਸੀ। ਹੁਣ ਮੈਂ ਕੀ ਕਰਨਾ, ਇੱਥੋਂ ਦੇਖਣਾ ਆਹ ਚੀਜ਼ ਮੋਢੇ, ਮਤਲਬ ਕਿ ਮੋਢੇ ਦੀ ਚੌੜਾਈ ਮੈਨੂੰ ਚਾਹੀਦੀ 3 ਇੰਚ, ਤਾਂ ਮੈਂ 1/2 ਇੰਚ ਵਧਾ ਕੇ ਰੱਖੂੰਗੀ, 3.5 ਇੰਚ, ਠੀਕ ਹੈ। 3.5 ਇੰਚ ਮੈਂ ਰੱਖ ਲਿਆ। ਹੁਣ ਮੈਂ ਇੱਥੋਂ ਹਲਕੀ ਜਿਹੀ ਕਾਟ ਪਾ ਦੂੰਗੀ ਇਹਦੀ, ਠੀਕ ਹੈ। ਹੁਣ ਆਪਾਂ ਦੇਖਣਾ ਵੀ ਆਪਣਾ ਜਿਹੜਾ ਮੋਢਾ ਆਪਾਂ 7 ਇੰਚ ਕੱਟਿਆ ਸੀ ਉਹ ਆਪਣੇ ਕੋਲ ਕਿੰਨੇ ਇੰਚ ਤਿਆਰ ਰਹਿ ਗਿਆ। ਮੇਰੇ ਕੋਲ ਰਹਿ ਗਿਆ 7.5 ਇੰਚ, ਠੀਕ ਹੈ। 7.5 ਇੰਚ 8 ਹੀ ਰੱਖੀ, ਤਾਂ ਹੁਣ ਆਪਣੇ ਕੋਲ ਪਲੇਟਾਂ ਪਾਈਆਂ ਹੁੰਦੀਆਂ, ਫਿਰ ਤਾਂ ਆਪਾਂ ਨੂੰ ਪਤਾ ਹੋਣਾ ਸੀਗਾ ਇੱਥੋਂ ਆਪਾਂ ਗਲੇ ਦਾ ਵਿਚਾਲਾ ਕਰਕੇ ਪਲੇਟਾਂ ਤੱਕ ਰੱਖ ਲੈਣੇ ਸੀ, 7.5 ਇੰਚ ਤੱਕ ਨਿਸ਼ਾਨ ਲੈਣਾ ਲਾ ਲੈਣਾ ਸੀ ਆਪਾਂ, ਠੀਕ ਹੈ। ਹੁਣ ਆਪਣੇ ਕੋਲ ਪਲੇਟਾਂ ਨਹੀਂ ਹੈਗੀਆਂ, ਹੁਣ ਆਪਾਂ ਉੱਪਰੋਂ 5 ਇੰਚ ਦੇ ਨਿਸ਼ਾਨ ਲਾ ਲਾਂਗੇ, ਇੱਥੋਂ 5 ਇੰਚ ਦੇ ਨਿਸ਼ਾਨ ਲਾ ਲਾਂਗੇ, ਤਾਂ ਆਪਾਂ ਜਿਹੜੀ ਆਪਾਂ ਕਾਟ ਦੀ ਗਲਾਈ ਪਾਉਣੀ ਆ। ਆਹ ਦੇਖੋ, ਹੁਣ ਕਈ ਕੀ ਕਰਦੇ ਆ, ਆਪਾਂ ਨੂੰ ਆਹ ਚੀਜ਼ ਤਾਂ ਦੱਸ ਦਿੰਦੇ ਆ ਵੀ ਆਹ ਚੀਜ਼ ਆਪਾਂ ਇੱਥੋਂ ਇੰਨੀ ਰੱਖਣੀ ਆ, ਐਂ ਥੋੜ੍ਹੀ ਦੱਸਦੇ ਆ ਵੀ ਇੱਥੋਂ ਕਿੱਥੋਂ ਤੱਕ ਕਾਟ ਕਿਵੇਂ ਪਾਉਣੀ ਆ। ਇਹ ਮੈਨੂੰ ਲੱਗਦਾ ਨਹੀਂ ਵੀ ਕਿਸੇ ਨੇ ਹੋਰ ਦੱਸਿਆ ਹੋਊਗਾ, ਸਿਰਫ ਮੈਂ ਹੀ ਦੱਸਦੀ ਹਾਂ। ਆਹ ਦੇਖੋ, ਇੱਥੋਂ ਆਪਾਂ ਲਿੱਤਾ ਸੀ 3.5 ਆਪਾਂ ਨੂੰ ਚਾਹੀਦਾ ਸੀ। ਹੁਣ ਆਪਾਂ ਗਲੇ ਤੋਂ ਲੈ ਇੱਥੋਂ ਮੋਢੇ ਤੋਂ ਆਪਾਂ ਇੰਚੀ ਟੇਪ ਲਾਉਣਾ 3 ਇੰਚ ਤੱਕ, ਇੱਥੇ ਆ ਗਿਆ ਆਪਣਾ 3 ਇੰਚ, ਠੀਕ ਹੈ। 3.5 ਆਪਾਂ ਐਸ ਲੋਟ ਲਿੱਤਾ। ਹੁਣ ਆਪਾਂ ਜਿੱਥੇ ਆਪਾਂ 3 ਇੰਚ ਦੀ ਲੰਬਾਈ ਲਾਈ ਸੀ ਉੱਥੋਂ ਤੱਕ ਆਪਾਂ ਦੇਖਣਾ ਆ ਕੱਪੜਾ ਆਪਣੇ ਕੋਲ 3.5 ਹੀ ਬਚ ਰਿਹਾ ਨਾ, 3.5 ਅਤੇ 3.5। ਮੇਰੇ ਕਹਿਣ ਦਾ ਭਾਵ ਹੈਗਾ ਵੀ ਇੱਥੋਂ ਆਪਾਂ ਲਿੱਤਾ 3.5 ਇੰਚ ਦੀ ਆਪਾਂ ਇੱਥੇ ਲਾ ਲਈ ਲੰਬਾਈ, ਫਿਰ ਆਪਾਂ ਦੇਖਣਾ ਇੱਥੋਂ ਵੀ 3.5, ਇੱਥੋਂ ਵੀ 3.5, ਇੱਥੋਂ ਵੀ 3.5, 3 ਇੰਚ ਤੱਕ ਆਪਣਾ 3.5 ਹੀ ਰਹਿਣਾ ਚਾਹੀਦਾ, ਫਿਰ ਇੱਥੋਂ ਜਮ੍ਹਾਂ ਸਿੱਧਾ, ਫਿਰ ਉਸ ਤੋਂ ਬਾਅਦ ਆਪਾਂ ਡੂੰਘਾਈ ਪਾਉਣੀ ਆ, ਠੀਕ ਹੈ। ਜੇ ਤੁਸੀਂ ਇੱਦਾਂ ਕਾਟ ਪਾਓਗੇ ਤਾਂ ਫਿਰ ਤੁਸੀਂ ਫਿਟਿੰਗ ਦੇਖਿਓ, ਤੁਸੀਂ ਹੈਰਾਨ ਹੀ ਹੋ ਜਾਓਗੇ। ਇਹਦੇ ਨਾਲ ਫਿਟਿੰਗ ਬਹੁਤ ਸਹੀ ਆਉਂਦੀ ਆ, ਆਈਂ ਪਾਉਂਦੇ ਆ ਸਾਰੇ, ਬਟ ਦੱਸਦਾ ਨਹੀਂ ਹੁੰਦਾ ਕੋਈ। ਆਪਣਾ ਮੋਢਾ ਰਹਿ ਗਿਆ 9 ਤਿਆਰ, ਮੈਨੂੰ 9 ਹੀ ਮੋਢਾ ਚਾਹੀਦਾ ਸੀ। ਹੁਣ ਆਪਾਂ ਕੀ ਕਰਨਾ, ਕਮੀਜ਼ ਨੂੰ ਸਿੱਧਾ ਰੱਖ ਲੈਣਾ, ਕਾਟ ਵਾਲਾ ਪਾਸਾ ਹੀ ਕਮੀਜ਼ ਦਾ ਅਤੇ ਕਾਟ ਵਾਲਾ ਪਾਸਾ ਹੀ ਬਾਂਹ ਦਾ ਰੱਖ ਕੇ ਆਪਾਂ ਮਿਲਾ ਲੈਣਾ ਵੀ ਜਮ੍ਹਾਂ ਸਹੀ ਆ ਰਿਹਾ ਨਾ ਮੋਢਾ ਆਪਣਾ, ਹੈ ਨਾ, ਕੁਛ ਖਿੱਚਣ ਦੀ ਲੋੜ ਤਾਂ ਨਹੀਂ ਹੈਗੀ। ਹੁਣ ਆਪਾਂ ਕੀ ਕਰਨਾ, ਗਲਾ ਆਪਣਾ ਪਿਆ, ਕਮੀਜ਼ ਸੱਚ ਪਿਆ, ਇਹਦੇ ਵਿੱਚ ਦੀ ਆਪਾਂ ਇਹ ਹੱਥ ਪਾਉਣਾ। ਦੇਖੋ ਆਪਾਂ ਆਹ ਵਾਲੀ ਸੀਨ ਫੜਨੀ ਆਪਣੀ, ਜਿਹੜੀ ਆਪਣੀ ਫਿਟਿੰਗ ਵਾਲੀ ਸੀਨ ਹੁੰਦੀ ਆ, ਉਸ ਤੋਂ ਬਾਅਦ ਬਾਂਹ ਨੂੰ ਸਿੱਧਾ ਰੱਖ ਕੇ ਬਾਂਹ ਦੀ ਵੀ ਆਹ ਫਿਟਿੰਗ ਵਾਲੀ ਸੀਨ ਫੜ ਕੇ ਸੀਨ ਨਾਲ ਸੀਨ ਮਿਲਾ ਕੇ ਕੀ ਕਰਨਾ ਆਪਾਂ, ਗਲੇ ਦੇ ਵਿੱਚ ਦੀ ਐਂ ਬਾਹਰ ਕਰ ਲੈਣਾ। ਹੁਣ ਆਪਾਂ ਦੇਖੋ ਵੀ ਆਪਣੀਆਂ ਦੋਨੇ ਚੀਜ਼ਾਂ ਜਮ੍ਹਾਂ ਸਹੀ ਆ ਰਹੀਆਂ ਨੇ। ਹੁਣ ਨੀਚੋਂ ਕਈ ਕੀ ਕਰਦੇ ਆ, ਐਂ ਜੋੜ ਦਿੰਦੇ ਆ, ਨਹੀਂ ਇੱਦਾਂ ਨਹੀਂ ਜੋੜਨਾ, ਇਹਨੂੰ ਐਂ ਕਰਕੇ ਫੋਲਡ ਕਰ ਲਿਆ ਕਰ ਲੈਣਾ ਆਪਾਂ ਇੱਦਾਂ, ਜਮ੍ਹਾਂ ਸਿੱਧਾ ਫੜ ਕੇ ਆਪਾਂ ਮੋਢਾ ਜੜ ਦਾਂਗੇ ਬਸ।